ਕਹ ਰਹੇ ਤੁਸੀਂ ਮੈਂ ਹਰਪ੍ਰੀਤਪੁਰੇ ਅੱਜ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੁੰਦੀ ਹੈ ਜਿਸ ਦੇ ਵਿੱਚ ਕੀ ਇੱਕ ਪਾਸੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੇਸਦੇ ਨੇ ਤੇ ਦੂਸਰੇ ਪਾਸੇ ਬਨਵਾਰੀ لال ਪ੍ਰੋਹਿਤ ਪੰਜਾਬ ਦੇ ਹੀ ਗਵਰਨਰ ਮੁੱਦਾ ਹੁੰਦਾ ਹੈ ਬਜਟ ਸੈਸ਼ਨ ਲਈ ਪ੍ਰਵਾਨਗੀ ਦਾ ਤਾਂ ਜੇ ਐਸੇ ਬਾਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਦਾ ਸਮਰ نیوز ਦੇ ਸੀਨੀਅਰ ਐਡੀਟਰ ਸਰਦਾਰ ਤਰਲੋਚਨ ਸਿੰਘ ਤਾਂ ਤਰਲੋਚਨ ਜੀ ਅੱਜ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਸਾਹਮਣੇ ਆਈਆਂ ਐ ਏਦਾਂ ਲੱਗ ਰਿਹਾ ਜਿਸ ਤਰ੍ਹਾਂ ਕਿ ਦੋਨਾਂ ਨੂੰ ਹੀ ਹਦਾਇਤਾ ਦਿੰਦੀ ਐ ਤੇ ਝਿੜਕ ਦੇ ਦਿੰਦੀ ਐ ਗਵਰਨਰ ਨੂੰ ਆਖਿਆ ਐ ਕਿ ਰੋਕ ਨਹੀਂ ਲਾ ਸਕਦੇ ਤੁਸੀਂ ਬਜਟ ਸੈਸ਼ਨ ਤੇ ਤੇ ਸਰਕਾਰ ਨੂੰ ਕਹਤਾ ਕਿ ਤੁਸੀਂ ਤਾਂ ਜਵਾਬ ਦੇਣਾ ਹੀ ਐ ਤੁਸੀਂ ਪਵੰਦੋ ਬਿਲਕੁਲ ਤੁਸੀਂ ਠੀਕ ਐ ਸੁਪਰੀਮ ਕੋਰਟ ਚ ਅੱਜ ਪੰਜਾਬ ਦੀਆਂ ਦੋ ਜਿਹੜੀਆਂ ਸਭ ਦੀਆਂ ਸਭ ਤੋਂ ਛੋਟੀ ਦੀਆਂ ਸੰਵਧਾਨਕ ਸ਼ਕਤੀਆਂ ਸੀ ਅੱਜ ਸੁਪਰੀਮ ਕੋਰਟ ਉਹਨਾਂ ਨੂੰ ਨਸੀਹਤਾਂ ਦੇ ਰਿਹਾ ਸੀ ਇੱਕ ਪਾਸੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਵੀ ਰਾਜਪਾਲ ਸਾਹਿਬ ਤੁਸੀਂ ਕਿਸੇ ਵੀ ਹਾਲਤ ਵਿੱਚ ਪੰਜਾਬ ਦਾ ਬਜਟ ਸੈਸ਼ਨ ਨਹੀਂ ਰੋਕ ਸਕਦੇ ਤੇ ਰਾਜਪਾਲ ਸਾਹਿਬ ਨੇ ਕਹਿ ਦਿੱਤਾ ਵੀ ਮੈਂ ਤੇ 3 ਮਾਰਚ ਨੂੰ ਬਜਟ ਸੈਸ਼ਨ ਬੁਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਭਗਵੰਤ ਸਿੰਘ ਮਾਨ ਨੂੰ ਸੁਪਰੀਮ ਕੋਰਟ ਨੇ ਨਸੀਹਤ ਦਿੱਤੀ ਹੈ ਵੀ ਰਾਜਪਾਲ ਦੇ ਹਰੇਕ ਸਵਾਲ ਦਾ ਜਵਾਬ ਸ਼ਰੀ ਮਾਨ ਜੀ ਦੇਣਾ ਪਏਗਾ ਸੋ ਇਹ ਦੋ ਮੁੱਖ ਮੁੱਦੇ ਸੀ ਉਹਦੇ ਤੋਂ ਹੁਣ ਆਪਾਂ ਜੇ ਇਹ ਦੇਖਿਆ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ ਤੇ ਇਹ ਵੀ ਕਿਹਾ ਜਾ ਸਕਦਾ ਵੀ ਦੋਵੇਂ ਹਾਰੇ ਤੇ ਇਹ ਵੀ ਕਿਹਾ ਜਾ ਸਕਦਾ ਦੋਵੇਂ ਜਿੱਤੇ ਕਿਉਂਕਿ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਇਜਲਾਸ ਦੀ ਜਾਜ ਨਹੀਂ ਦਿੰਦੇ ਤੇ ਸੁਪਰੀਮ ਕੋਰਟ ਨੇ ਜਦੋਂ ਉੱਥੇ ਸੁਣਵਾਈ ਹੋਈ ਤੇ ਰਾਜਪਾਲ ਸਾਹਿਬ ਨੇ ਕਿਹਾ ਮੈਂ ਤੇ ਪ੍ਰਵਾਨਗੀ ਦੇ ਦਿੱਤੀ ਹੈ ਜੀ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਨੂੰ ਜਦੋਂ ਪੱਤਰ ਲਿਖਿਆ ਰਾਜਪਾਲ ਨੇ 6-7 ਨੁਕਤੇ ਪੁੱਛੇ ਤੇ ਮਾਨ ਸਾਹਿਬ ਕਹਿੰਦੇ ਗਵਰਨਰ ਕੌਣ ਹੁੰਦਾ ਸਵਾਲ ਪੁੱਛਣ ਵਾਲਾ ਮੈਂ ਤੇ ਪੌਣੇ 3 ਕਰੋੜ ਪੰਜਾਬੀਆਂ ਨੂੰ ਦੱਸਣਾ ਤੇ ਅੱਜ ਸੁਪਰੀਮ ਕੋਰਟ ਨੇ ਮਾਨ ਸਾਹਿਬ ਨੂੰ ਕਹਿਤਾ ਵੀ ਮਾਨ ਸਾਹਿਬ ਤੁਸੀਂ ਸੰਵਧਾਨਿਕ پابੰਦ ਜੇ ਪ੍ਰੋਹਰ ਸਾਹਿਬ ਦੇ ਸਵਾਲਾਂ ਦੇ ਜਵਾਬ ਦੇਣ ਲਈ ਹੋਰ ਵੀ ਬੜਾ ਕੁਝ ਉਹਦੇ ਚ ਆਇਆ ਸੁਪਰੀਮ ਕੋਰਟ ਚ ਇਹ ਵੀ ਇਹ ਵੀ ਗੱਲਾਂ ਆਈਆਂ ਵੀ ਜਿਹੜਾ ਗਵਰਨਰ ਹੈ ਉਹ ਸੰਵਧਾਨਕ ਬਲੈਕਮਿਲਿੰਗ ਨਹੀਂ ਕਰ ਸਕਦਾ ਪਰ ਨਾਲ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਭਗਵੰਤ ਸਿੰਘ ਮਾਨ ਨੇ ਜਿਹੜੇ ਸ਼ਬਦ ਵਰਤੇ ਨੇ ਰਾਜਪਾਲ ਸਾਹਿਬ ਲਈ ਉਹ ਵੀ ਬਹੁਤੇ ਚੰਗੇ ਨਹੀਂ ਗੇ ਇਸ ਸੰਵਧਾਨਕ ਪ੍ਰਕਿਰਿਆ ਦੌਰਾਨ ਇਹੋ ਜਿਹੇ ਸ਼ਬਦ ਸ਼ੋਭਾ ਨਹੀਂ ਦਿੰਦੇ ਸੋ ਜਿਵੇਂ ਤੁਸੀਂ ਕਿਹਾ ਲੱਗਦਾ ਵੀ ਜਿਵੇਂ ਅੱਜ ਸੁਪਰੀਮ ਕੋਰਟ ਨੇ ਰਾਜਪਾਲ ਸਾਹਿਬ ਤੇ ਮਾਨ ਸਾਹਿਬ ਨੂੰ ਨਸੀਤਾਂ ਦਿੱਤੀਆਂ ਨੇ ਸਮਝਾਇਆ ਵੀ ਸੰਵਧਾਨਕ ਤੌਰ ਤੇ ਕਿੱਦਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਜੀ ਤਾਂ ਤਰਲੋਚਨ ਜੀ ਇੱਥੇ ਦੂਸਰੇ ਪਾਸੇ ਗੱਲ ਕਰੀਏ ਸੁਪਰੀਮ ਕੋਰਟ ਨੇ ਤਾਂ ਆਖ ਦਿੱਤਾ ਏ ਪਰ ਇੱਥੇ ਜਦ ਗੱਲਾਂ ਬਾਤਾਂ ਹੋਈਆਂ ਤਾਂ ਦਲੀਲ ਦਿੱਤੀ ਜਾਂਦੀ ਹੈ ਗਵਰਨਰ ਦੇ ਵਕੀਲ ਵੱਲੋਂ ਕਿ ਉਹਨਾਂ ਨੇ ਤਾਂ ਕਦੇ ਇਜਾਸਤ ਰੋਕੀ ਹੀ ਨਹੀਂ ਦਾ ਦੂਸਰੇ ਪਾਸੇ ਇਧਰ ਟਵੀਟ ਕੀਤਾ ਗਿਆ ਸਾਨੂੰ ਇਜਾਜ਼ਤਰੀ ਮਿਲੀ ਅਸੀਂ ਤਾਂ ਸੁਪਰੀਮ ਕੋਰਟ ਜਾ ਰਿਹਾ ਕਿ ਪਤਾ ਨਹੀਂ ਸੀ ਕਿ ਇਜਾਜ਼ਤ ਮਿਲ ਚੁੱਕੀ ਹੈ ਜਾਂ ਫਿਰ ਇਹ ਕੁਝ ਪਰਦੇ ਦੇ ਪਿੱਛੇ ਅਜਿਹਾ ਹੋਇਆ ਜੋ ਲੋਕਾਂ ਨੂੰ ਪਤਾ ਹੀ ਨਹੀਂ ਲੱਗੇ ਨਹੀਂ ਦਰਅਸਲ ਪੰਜਾਬ ਦੇ ਰਾਜਪਾਲ ਜਦੋਂ 21 ਫਰਵਰੀ ਨੂੰ ਕੈਬਨਟ ਨੇ ਫੈਸਲਾ ਕੀਤਾ ਵੀ ਪੰਜਾਬ ਵਿਧਾਨ ਸਭਾ ਦਾ ਬਜਟ 3 ਮਾਰਚ ਤੋਂ 24 ਮਾਰਚ ਤੱਕ ਬੁਲਾਇਆ ਜਾਊਗਾ ਤੇ 22 ਫਰਵਰੀ ਨੂੰ ਕੈਬਨਟ ਦੇ ਫੈਸਲੇ ਦੀ ਪ੍ਰਵਾਨਗੀ ਲਈ ਰਾਜਪਾਲ ਨੂੰ ਪੱਤਰ ਲਿਖਿਆ ਗਿਆ ਉਹ ਰਾਜਪਾਲ ਸਾਹਿਬ ਨੇ 23 ਫਰਵਰੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਪੱਤਰ ਲਿਖ ਕੇ ਇਹ ਗੱਲ ਕਹੀ ਵੀ ਸ਼੍ਰੀਮਾਨ ਜੀ ਤੁਸੀਂ ਜਿਹੜਾ ਬਜਟ ਸੈਸ਼ਨ ਦੀ ਪ੍ਰਵਾਨਗੀ ਦੀ ਗੱਲ ਕੀਤੀ ਹੈ ਉਹਦੇ ਸਬੰਧ ਚ ਤੁਹਾਡੇ ਨਾਲ ਕੁਝ ਮੈਂ ਗੱਲਾਂ ਸਾਂਝੀਆਂ ਕਰਨੀਆਂ ਨੇ ਇੱਕ ਤੇ ਜਿਹੜਾ ਮਾਨ ਸਾਹਿਬ ਨੇ ਰਾਜਪਾਲ ਸਾਹਿਬ ਨੂੰ ਟਵੀਟ ਕੀਤਾ ਸੀ ਤੇ ਇੱਕ ਡਿਊ ਲੈਟਰ ਲਿਖਿਆ ਸੀ ਉਨੇ ਸ਼ਬਦਾਵਲੀ ਕੋਟ ਕੀਤੀ ਆਪਣੇ ਪੱਤਰ ਵਿੱਚ ਔਰ ਕਿਹਾ ਵੀ ਤੁਸੀਂ ਇਹ ਗੱਲ ਕਹੀ ਹੈ ਵੀ ਮੈਂ ਪਾਬੰਦ ਨਹੀਂਗਾ ਸਵਾਲਾਂ ਦੇ ਜਵਾਬ ਦੇਣ ਦਾ ਤੁਸੀਂ ਇਹ ਵੀ ਗੱਲ ਕਹੀ ਹੈ ਵੀ ਗਵਰਨਰ ਦੱਸੇ ਵੀ ਉਹ ਕਿਹੜੀ ਮੈਰਿਟ ਕਿਹੜੇ ਸੰਵਿਧਾਨ ਅਨੁਸਾਰ ਗਵਰਨਰ ਬਣਿਆ ਇਸ ਲਈ ਜਿਹੜੇ ਸਿਲੈਕਟਡ ਨੇ ਅਹੀ ਉਹਨਾਂ ਨੂੰ ਜਵਾਬ ਦੇ ਨਹੀਂ ਅਹੀਂ ਇਲੈਕਟਡ ਐ ਅਸੀਂ ਤੇ ਇਲੈਕਟਡ ਜਿਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੂੰ ਜਵਾਬ ਦੇ ਆ ਔਰ ਗਵਰਨਰ ਸਾਹਿਬ ਨੇ ਅਖੀਰ ਤੇ ਇਹ ਗੱਲ ਕਹੀ ਸੀ ਵੀ ਤੁਸੀਂ ਬਜਟ ਸੈਸ਼ਨ ਦੀ ਪ੍ਰਵਾਨਗੀ ਮੰਗੀ ਐ ਮੈਂ ਐਦਾਂ ਨਹੀਂ ਦਊਗਾ ਮੈਂ ਕਾਨੂੰਨੀ رائے ਲਵਾਂਗਾ ਕਾਨੂੰਨੀ ਮਾਰਾਂ ਨੂੰ ਪੁੱਛੂੰਗਾ ਤੇ ਉਸ ਤੋਂ ਬਾਅਦ ਫੈਸਲਾ ਕਰਾਂਗਾ ਵੀ ਬਜਟ ਸੈਕਸ਼ਨ ਦੀ ਪ੍ਰਵਾਨਗੀ ਦੇਣੀ ਕਿ ਨਹੀਂ ਦੇਣੀ ਸੋ ਗਵਰਨਰ ਸਾਹਿਬ ਨੇ ਨਾ ਤੇ ਨਾ ਕੀਤੀ ਸੀ ਤੇ ਨਾ ਹਾਂ ਕੀਤੀ ਸੀ ਪਰ ਇਸ ਦੌਰਾਨ ਪੰਜਾਬ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਚੱਲ ਗਈ ਸੀ ਉਹ ਸੁਪਰੀਮ ਕੋਰਟ ਜਾ ਕੇ ਕਿਹਾ ਵੀ ਸੁਪਰੀਮ ਕੋਰਟ ਤੇ ਵੀ ਸਾਨੂੰ ਰਾਜਪਾਲ ਸਾਹਿਬ ਬਹੁਤ ਪਰੇਸ਼ਾਨ ਕਰਦੇ ਨੇ ਜੀ ਤੰਗ ਕਰਦੇ ਨੇ ਜੀ ਛੋਟੀਆਂ ਛੋਟੀਆਂ ਗੱਲਾਂ ਤੇ ਸਾਨੂੰ ਇਹ ਸਵਾਲ ਪੁੱਛ ਰਹੇ ਨੇ ਜੀ ਸਾਨੂੰ ਕੰਮ ਨਹੀਂ ਕਰਨ ਦਿੰਦੇ ਤੇ ਇਸ ਲਈ ਹੁਣ ਉਹਨਾਂ ਨੇ ਬਜਟ ਸੈਸ਼ਨ ਜਿਹੜੀ ਆ ਉਹਦੀ ਪ੍ਰਵਾਨਗੀ ਦੇਣ ਤੋਂ ਵੀ ਨਾ ਕਰ ਦਿੱਤੀ ਹੈ ਸੋ ਸੁਪਰੀਮ ਕੋਰਟ ਦੀ ਪੂਰੀ ਜੱਜਮੈਂਟ ਤੇ ਆਏਗੀ ਪਰ ਜਿਹੜੇ ਟਿੱਪਣੀਆਂ ਕੀਤੀਆਂ ਨੇ ਸੁਪਰੀਮ ਕੋਰਟ ਨੇ ਇੰਜ ਲੱਗਦਾ ਸੀ ਵੀ ਜਿਵੇਂ ਸੁਪਰੀਮ ਕੋਰਟ ਤੋਂ ਬੱਚਿਆਂ ਨੂੰ ਸਮਝਾ ਰਿਹਾ ਹੋਵੇ ਜੀ ਤਾਂ ਅੱਜ ਵੱਡੇ ਬਿਆਨ ਸਾਹਮਣੇ ਆਏ ਸੁਪਰੀਮ ਕੋਰਟ ਦੇ ਬੱਚਿਆਂ ਨੂੰ ਸਮਝਾਉਣ ਵਾਲੀ ਗੱਲ ਹੀ ਆ ਜਾਂਦੀ ਹੈ ਜਦ ਸਮਝਾਉਣਾ ਪਵੇ ਕਿ ਤੁਸੀਂ ਸੰਵਿਧਾਨਕ ਇਕਾਈ ਤੇ ਬੈਠੇ ਹੋ ਸੰਵਿਧਾਨਕ ਅਹੁਦੇ ਤੇ ਹੋ ਤੁਹਾਨੂੰ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਦੂਸਰੇ ਪਾਸੇ ਜੇਕਰ ਪੰਜਾਬ ਦੀ ਗੱਲ ਕਰਦੇ ਆ ਕੀ ਲੱਗਦਾ ਹੈ ਕਿ ਹੁਣ ਇੱਥੇ ਹੀ ਗੱਲ ਮੁੱਕ ਜਾਏਗੀ ਇਸ ਤੋਂ ਬਾਅਦ ਅੱਗੇ ਕੁਝ ਜਿਹਾ ਨਹੀਂ ਹੋਏਗਾ ਮੈਨੂੰ ਲੱਗਦਾ ਗੱਲ ਸ਼ੁਰੂ ਹੋਈ ਹੈ ਗੱਲ ਮੁੱਕੀ ਨਹੀਂਗੀ ਕਿਉਂਕਿ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਆ ਇਹ ਰਾਜਪਾਲ ਜੋ ਵੀ ਪੁੱਛੂਗਾ ਉਹਦੇ ਸਵਾਲਾਂ ਦੇ ਜਵਾਬ ਦੇਣ ਲਈ پابੰਦ ਆ ਦੂਜੇ ਅਰਥਾਂ ਚ ਇਹ ਕਹਿ ਲਿਆ ਵੀ ਹੁਣ ਬਨਵਾਰੀ لال ਪ੍ਰੋਹਿਤ ਹੁਣਾਂ ਨੂੰ ਇਹ ਅਧਿਕਾਰ ਦਿੱਤਾ ਸੁਪਰੀਮ ਕੋਰਟ ਨੇ ਵੀ ਤੁਸੀਂ ਜਦੋਂ ਮਰਜ਼ੀ ਜਿਹੜੇ ਵੀ ਇਸ਼ੂ ਤੇ ਚਿੱਠੀ ਲਿਖੋ ਤੇ ਪੁੱਛੋ ਸਵਾਲ ਤੇ ਭਗਵੰਤ ਸਿੰਘ ਮਾਨ ਨੂੰ ਸੁਪਰੀਮ ਕੋਰਟ ਨੇ ਹਦਾਇਤ ਕਰਤੀ ਵੀ ਸਾਰੇ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਹਾਲੇ ਸਵਾਲ ਤੇ ਪੁਰਾਣੇ ਬੜੇ ਪੈਂਡਿੰਗ ਐ ਹੁਣ ਤੇ ਗਵਰਨਰ ਸਾਹਿਬ ਦੇ ਹੱਥ ਚ ਸੁਪਰੀਮ ਕੋਰਟ ਦਾ ਇਹ ਹੁਕਮ ਆ ਗਿਆ ਉਹ ਪੁੱਛਣ ਗਏ ਵੀ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਿਆ ਸੀ ਵੀ ਜਿਹੜੇ 36 ਪ੍ਰਿੰਸੀਪਲ ਤੁਸੀਂ ਸਿੰਗਾਪੁਰ ਭੇਜੇ ਨੇ ਉਹ ਕਿਹੜੀ ਮੈਰਿਟ ਤੇ ਬਣਾਏ ਨੇ ਤੇ ਕਿੰਨਾ ਖਰਚਾ ਕੀਤਾ ਕਿਉਂਕਿ ਰਾਜਪਾਲ ਸਾਹਿਬ ਕਹਿੰਦੇ ਮੈਨੂੰ ਸ਼ਿਕਾਇਤ ਆਈ ਹੈ ਵੀ ਪਾਰਦਰਸ਼ਤਾ ਨਹੀਂ ਵਰਤੀ ਮਨਮਾਨੇ ਢੰਗ ਨਾਲ ਚੋਣ ਕਰਕੇ ਤੇ 3694 ਬੰਦੇ ਜਿਹੜੇ ਪ੍ਰਿੰਸੀਪਲ ਉੱਥੇ ਭੇਜੇ ਨੇ ਹੁਣ ਰਾਜਪਾਲ ਸਾਹਿਬ ਇਹ ਵੀ ਪੁੱਛਣਗੇ ਵੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਵੀ ਇੱਕ ਨਵਲ ਅਗਰਵਾਲ ਪ੍ਰਾਈਵੇਟ ਵਿਅਕਤੀ ਸਰਕਾਰੀ ਇਹ ਮੀਟਿੰਗਾਂ 'ਚ ਬੈਠਦਾ ਗੈਰ ਸਬਧਾਨਕ ਹੈ ਤੇ ਹੁਣ ਗਵਰਨਰ ਸਾਹਿਬ ਮੈਨੂੰ ਲੱਗਦਾ ਫਿਰ ਇੱਕ ਰਿਮਾਈਂਡਰ ਦੇ ਕੇ ਪੁੱਛਣਗੇ ਵੀ ਨਵਲ ਅਗਰਵਾਲ ਕੌਣ ਆ ਇਹਦੀ ਜਾਣਕਾਰੀ ਦਿਓ ਉਹ ਇਹ ਵੀ ਪੁੱਛਣਗੇ ਵੀ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਜਿਹੜਾ ਐਸਐਸਪੀ ਡੈਪੂਟੇਸ਼ਨ ਤੋਂ ਸੀ ਪੰਜਾਬ ਦਾ ਆਈਪੀਐਸ ਅਧਿਕਾਰੀ ਮੈਂ ਤੇ ਇਹ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦਾ ਵੀ ਇਹਦੇ ਵਿਰੁੱਧ ਬੜੇ ਗੰਭੀਰ ਦੋਸ਼ ਨੇ ਤੇ ਮਾਨ ਸਾਹਿਬ ਇਹ ਦੱਸੋ ਵੀ ਤੁਸੀਂ ਉਤੇ ਤੇ ਕਾਰਵਾਈ ਕਰਨ ਦੀ ਥਾਂ ਤੇ ਉਹਨੂੰ ਪ੍ਰਮੋਟ ਕਰਕੇ ਡੀਆਈਜੀ ਬਣਾ ਕੇ ਤੇ ਜਲੰਧਰ ਦਾ ਪੁਲਿਸ ਕਮਿਸ਼ਨਰ ਕਿਉਂ ਲਾਇਆ ਔਰ ਰੋਹਤ ਹੋਣੀ ਇਹ ਵੀ ਪੁੱਛਣਗੇ ਵੀ ਮੇਰੇ ਕੋਲ ਏਦਾਂ ਦੀ ਵੀ ਸ਼ਿਕਾਇਤ ਆਈ ਹੈ ਵੀ ਮਾਨ ਸਰਕਾਰ ਨੇ 2 ਲੱਖ ਐਸਸੀ ਵਰਗ ਨਾਲ ਸੰਬੰਧਿਤ ਬੱਚਿਆਂ ਨੂੰ ਵਜੀਫੇ ਨਹੀਂ ਦਿੱਤੇ ਤੇ ਉਹਨਾਂ ਨੂੰ ਸਕੂਲ ਛੱਡਨੇ ਪਏ ਨੇ ਤੇ ਉਹ ਸਕੂਲ ਛੱਡਣ ਨਾਲ ਉਹਨਾਂ ਦਾ ਭਵਿੱਖ ਜਿਹੜਾ ਖਤਮ ਹੋ ਰਿਹਾ ਇਹ ਵੀ ਸਵਾਲ ਪੁੱਛਣਗੇ ਵੀ ਦੱਸੋ ਤੁਸੀਂ ਵਜੀਫੇ ਕਿਉਂ ਨਹੀਂ ਦਿੱਤੇ ਇਹ ਵੀ ਸਵਾਲ ਕਰਨਗੇ ਵੀ ਵਿਰੋਧੀ ਧਿਰਾਂ ਨੇ ਕਿਹਾ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਰਕਾਰੀ ਬਜਟ ਵਿੱਚੋਂ ਪੈਸੇ ਖਰਚ ਕੇ ਤੇ ਗੁਜਰਾਤ ਹਿਮਾਚਲ ਤੇ ਹੋਰ ਸੂਬਿਆਂ 'ਚ ਇਸ਼ਤਿਹਾਰबाजी ਕਰਦੀ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕਰਦੀ ਹੈ ਹੁਣ ਤੇ ਉਹ ਡਟ ਕੇ ਪੁੱਛਣਗੇ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਮਾਨ ਸਾਹਿਬ ਪਾਬੰਦ ਨੇ ਦੱਸੋ ਕਿੰਨੇ ਪੈਸੇ ਤੁਸੀਂ ਖਰਚਿਆ ਇਦਾਂ ਦੇ ਕਈ ਹੋਰ ਮੁੱਦੇ ਨੇ ਸੋ ਲੱਗਦਾ ਵੀ ਤੁਸੀਂ ਕਹੇ ਲੜਾਈ ਖਤਮ ਨਹੀਂ ਹੋਈ ਅਸਲ 'ਚ ਲੜਾਈ ਸ਼ੁਰੂ ਹੋਈ ਹੈ ਔਰ ਵੱਡੀ ਗੱਲ ਇਹ ਹੈ ਹਰਪ੍ਰੀਤ 3 ਮਾਰਚ ਨੂੰ ਜਦੋਂ ਵਿਧਾਨ ਸਭਾ ਦਾ ਬਜਟ ਸ਼ੁਰੂ ਹੋਣਾ ਹੈ ਇੱਕ ਰਵਾਇਤ ਹੈ ਟ੍ਰੈਡੀਸ਼ਨ ਹੈ ਵੀ ਉੱਥੇ ਬਜਟ ਭਾਸ਼ਣ ਜਿਹੜਾ ਆ ਉਹ ਰਾਜਪਾਲ ਨੇ ਪੜ੍ਹਨਾ ਹੁੰਦਾ ਹੈ ਬਜਟ ਭਾਸ਼ਣ ਕੀ ਹੁੰਦਾ ਹੈ ਬਜਟ ਭਾਸ਼ਣ 'ਚ ਪੰਜਾਬ ਸਰਕਾਰ ਕੋਈ ਵੀ ਹੋਵੇ ਭਾਵੇਂ ਬਾਦਲਾਤ ਸੀ ਕੈਪਟਨ ਦੀ ਸੀ ਹੁਣ ਮਾਨ ਸਾਹਿਬ ਦੀ ਹੈ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਲਿਖਣੀਆਂ ਨੇ ਔਰ ਬਨਵਾਰੀ لال ਪ੍ਰੋਹੋ ਤੁਹਾਨੂੰ ਦੇਣੀ ਆ ਵੀ ਤੁਸੀਂ ਵਿਧਾਨ ਸਭਾ ਚ ਬੋਲਣਾ ਵੀ ਮੇਰੀ ਸਰਕਾਰ ਨੇ ਇਹ ਕਮਾਲ ਕਰਤੀ ਮੇਰੀ ਸਰਕਾਰ ਨੇ 36 ਪ੍ਰਿੰਸੀਪਲ ਸਿੰਗਾਪੁਰ ਭੇਜ ਕੇ ਕਮਾਲ ਕਰਤੀ ਤੇ ਹੁਣ ਸਵਾਲ ਇਹ ਆ ਵੀ ਕੀ ਉਹ ਮਾਨ ਸਰਕਾਰ ਦੀ ਛਲਾਗਾ ਕਰਨਗੇ ਜਿਹੜੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਵੀ ਇਹ ਤੇ ਮੈਂ ਜਵਾਬ ਦੇ ਹੀ ਨਹੀਂ ਗਵਰਨਰ ਸਾਹਿਬ ਨੂੰ ਇਹ ਤਾਂ ਮੈਨੂੰ ਪਰੇਸ਼ਾਨ ਕਰਦੇ ਨੇ ਇਹ ਤੰਗ ਕਰਦੇ ਨੇ ਬੀਜੇਪੀ ਦੇ ਇਸ਼ਾਰਿਆਂ ਤੇ ਸਾਨੂੰ ਚੱਲਣ ਨਹੀਂ ਦਿੰਦੇ ਤੇ ਕੀ ਹੋਣ ਉੱਥੇ ਉਹਦਾ ਦੀ ਸ਼ਲਾਗਾ ਕਰਨਗੇ ਸੋ ਲੜਾਈ ਸ਼ੁਰੂ ਹੋਈ ਹੈ ਬਜਟ ਸੈਸ਼ਨ ਚ ਵੀ ਪਤਾ ਲੱਗੂਗਾ ਵੀ ਇਹ ਗਵਰਨਰ ਤੇ ਮੁੱਖ ਮੰਤਰੀ ਕਿੰਨੇ ਇਕਮਿਕ ਨੇ ਜਾਂ ਕਿੰਨੇ ਦੂਰ ਨੇ ਪਰ ਅੱਜ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਦੇ ਨਾਲ ਇੱਕ ਤਰ੍ਹਾਂ ਸਾਫ਼ ਹੋ ਗਿਆ ਵੀ 3 ਮਾਰਚ ਨੂੰ ਬਜਟ ਸੈਸ਼ਨ ਹੋਊਗਾ ਤੇ گورنر ਸਾਹਿਬ ਨੂੰ ਅਧਿਕਾਰ ਦੇ ਉੱਤੇ ਵੀ ਤੁਸੀਂ ਜਿਹੜਾ ਮਰਜ਼ੀ ਸਵਾਲ ਮਾਨ ਸਾਹਿਬ ਕੋਲੋਂ ਪੁੱਛ ਸਕਦੇ ਹੋ ਜੀ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਸਵਾਲ ਵੱਡੇ ਹੋਣ ਵਾਲੇ ਨੇ ਤੇ ਉਹਨਾਂ ਦੇ ਜਵਾਬ ਕੀ ਹੋਣਗੇ ਉਹ ਇੱਕ ਵੱਡਾ ਆਪਣੇ ਆਪ ਚ ਸਵਾਲ ਹੋਏਗਾ ਜਿਸ ਤਰ੍ਹਾਂ ਕਿ ਬਜਟ ਦੀ ਹੁਣ ਸੈਸ਼ਨ ਦੀ ਗੱਲ ਕੀਤੀ ਹੈ ਭਾਸ਼ਣ ਕੀ ਹੋਏਗਾ ਕਿਉਂਕਿ ਜਦ ਦੋ ਮੋਤਵਾਰ ਬੰਦੇ ਹੀ ਆਪਸ ਦੇ ਵਿੱਚ ਤਾਨੋ-ਤਾਨੀ ਹੋ ਰਹੀ ਹੁਣ ਤੇ ਉਦੋਂ ਜਵਾਬ ਕੀ ਹੋਣਗੇ ਤੇ ਉਹਨਾਂ ਜਵਾਬਾਂ ਦੇ ਨਾਲ ਅੱਗੇ ਕੀ ਸਵਾਲ ਉੱਠਣਗੇ சுால வ